ਸਤਿ ਸ਼੍ਰੀ ਅਕਾਲ ਜੀ, ਮੈਂ ਲਵ ਅਤੇ ਤੁਸੀਂ ਸਾਰੇ ਵੇਖ ਰਹੇ ਹੋ ਬੁਗਲ ਬਾਲੀਵੁੱਡ। ਸੋ ਦੋਸਤੋ, ਜੇਕਰ ਮੈਂ ਪੰਜਾਬੀ ਫਿਲਮਾਂ ਦੀ ਗੱਲ ਕਰਾਂ ਤਾਂ ਨਵੀਆਂ ਨਵੀਆਂ ਫਿਲਮਾਂ ਦੀ ਅਨਾਊਂਸਮੈਂਟ ਤਾਂ ਹੁੰਦੀ ਹੀ ਰਹਿੰਦੀ ਹੈ, ਨਾਲ ਹੀ ਹਰ ਹਫ਼ਤੇ ਕੋਈ ਨਾ ਕੋਈ ਪੰਜਾਬੀ ਫਿਲਮ ਵੀ ਰਿਲੀਜ਼ ਹੁੰਦੀ ਹੈ। ਅਤੇ ਅੱਜ ਕੱਲ੍ਹ ਤਾਂ ਪੰਜਾਬੀ ਫਿਲਮਾਂ ਦਾ ਵੀ ਕਲੈਸ਼ ਹੋਣ ਲੱਗ ਗਿਆ, ਹਰ ਹਫ਼ਤੇ ਦੋ ਫਿਲਮਾਂ ਰਿਲੀਜ਼ ਹੁੰਦੀਆਂ ਨੇ। ਅੱਜ ਦੀ ਲੇਟੈਸਟ ਅਪਡੇਟ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ, ਕਿਉਂਕਿ ਐਜ਼ ਪਰ ਸੋਰਸਿਸ ਪਤਾ ਚੱਲਿਆ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਫੇਮਸ ਡਾਇਰੈਕਟਰ ਸਮੀਪ ਕੰਗ ਦੀ ਇੱਕ ਹੋਰ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਅਤੇ ਫਿਲਮ ਦਾ ਨਾਮ ਹੈ ਮੈਨੂੰ ਮੇਰੀ ਵੋਟੀ ਤੋਂ ਬਚਾਓ। ਇਸ ਫਿਲਮ ਦੇ ਨਾਮ ਤੋਂ ਹੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਫਿਲਮ ਦੇ ਵਿੱਚ ਸਾਨੂੰ ਕਿੰਨੀ ਸਾਰੀ ਕਾਮੇਡੀ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਸਮੀਪ ਕੰਗ ਦੀ ਫਿਲਮ ਹੋਵੇ ਤਾਂ ਉਸਦੇ ਵਿੱਚ ਸਾਨੂੰ ਕਾਮੇਡੀ ਦਾ ਤੜਕਾ ਨਾ ਦੇਖਣ ਨੂੰ ਮਿਲੇ, ਇਹ ਹੋ ਹੀ ਨਹੀਂ ਸਕਦਾ। ਉਹਨਾਂ ਦੀ ਫਿਲਮਾਂ ਦੇ ਵਿੱਚ ਕਾਮੇਡੀ ਤਾਂ ਦੇਖਣ ਨੂੰ ਹਮੇਸ਼ਾ ਹੀ ਮਿਲਦੀ ਹੈ, ਨਾਲ ਹੀ ਕਾਫੀ ਵਧੀਆ ਮੈਸੇਜ ਵੀ ਦੇਖਣ ਨੂੰ ਮਿਲਦਾ। ਤੇ ਜੇਕਰ ਮੈਂ ਉਹਨਾਂ ਦੀ ਫਿਲਮਾਂ ਦੀ ਗੱਲ ਕਰਾਂ ਤੇ ਉਹਨਾਂ ਨੇ ਫਿਲਮਾਂ ਨੂੰ ਡਾਇਰੈਕਟ ਕੀਤਾ ਜਿਵੇਂ ਕਿ ਕੈਰੀਅਨ ਜੱਟਾ 1, ਕੈਰੀਅਨ ਜੱਟਾ 2, ਭਾਜੀ ਇਨ ਪ੍ਰੋਬਲਮ, ਲੱਕੀ ਦੀ ਅਨਲੱਕੀ ਸਟੋਰੀ ਤੇ ਹੋਰ ਵੀ ਕਾਫੀ ਸਾਰੀਆਂ ਫਿਲਮਾਂ ਨੇ ਜਿਸ ਫਿਲਮਾਂ ਨੂੰ ਉਹਨਾਂ ਨੇ ਡਾਇਰੈਕਟ ਕੀਤਾ ਹੈ। ਉਹਨਾਂ ਨੇ ਫਿਲਮਾਂ ਦੇ ਨਾਲ ਨਾਲ ਕਈ ਸਾਰੀਆਂ ਵੈਬ ਸੀਰੀਜ਼ ਨੂੰ ਵੀ ਡਾਇਰੈਕਟ ਕੀਤਾ ਹੈ, ਜਿਵੇਂ ਕਿ ਡਿਵੋਰਸ ਦੇ ਦੇ ਡਾਰਲਿੰਗ, ਕੀ ਬਣੂ ਪੁਨੀਆ ਦਾ, ਕੰਟਰੋਲ ਕਰੋ ਯਾਰੋ ਤੇ ਹੋਰ ਵੀ ਕਾਫੀ ਸਾਰੀਆਂ ਵੈਬ ਸੀਰੀਜ਼ ਨੇ। ਮੈਨੂੰ ਮੇਰੀ ਵੋਟੀ ਤੋਂ ਬਚਾਓ ਫਿਲਮ ਦੀ ਸਟਾਰਕਾਸਟ ਹਾਲੇ ਤੱਕ ਰਿਵੀਲ ਨਹੀਂ ਕੀਤੀ ਗਈ ਹੈ, ਬਟ ਉਮੀਦ ਹੈ ਕਿ ਇਸ ਦੇ ਵਿੱਚ ਵੀ ਸਾਨੂੰ ਕਾਫੀ ਵਧੀਆ ਸਟਾਰਕਾਸਟ ਦੇਖਣ ਨੂੰ ਮਿਲ ਸਕਦੀ ਹੈ। ਤੇ ਇਸ ਫਿਲਮ ਦੇ ਵਿੱਚ ਸਾਨੂੰ ਕਾਮੇਡੀ ਸੀਨਸ ਤਾਂ ਦੇਖਣ ਨੂੰ ਮਿਲ ਹੀ ਸਕਦੇ ਨੇ, ਕਿਉਂਕਿ ਫਿਲਮ ਦਾ ਨਾਮ ਹੀ ਕੁਝ ਯੂਨੀਕ ਜਿਹਾ ਹੈ। ਤੇ ਉਮੀਦ ਹੈ ਕਿ ਇਸ ਫਿਲਮ ਦੇ ਵਿੱਚ ਸਾਨੂੰ ਕਾਫੀ ਵਧੀਆ ਮੈਸੇਜ ਵੀ ਦੇਖਣ ਨੂੰ ਮਿਲ ਸਕਦਾ ਹੈ। ਬਾਕੀ ਤੁਹਾਡਾ ਇਸ ਫਿਲਮ ਦੇ ਬਾਰੇ ਕੀ ਕਹਿਣਾ ਹੈ ਸਾਨੂੰ ਫੀਡਬੈਕ ਵਿੱਚ ਜ਼ਰੂਰ ਦੱਸੋ। ਤੇ ਇਦਾਂ ਦੀਆਂ ਹੋਰ ਲੇਟੈਸਟ ਅਪਡੇਟਸ ਲਈ ਦੇਖਦੇ ਰਹੋ ਬੁਗਲ ਬਾਲੀਵੁੱਡ।